ਪੁਲਿਸ ਦਾ ਦਾਅਵਾ, ਅੰਮ੍ਰਿਤਪਾਲ ਸਿੰਘ ਦੇ ਭਰਾ ਤੋਂ ਡਰੱਗ ਬਰਾਮਦ ਹੋਈ ਹੈ। ਜੀ ਹਾਂ, ਅੱਜ ਦੀ ਸਭ ਤੋਂ ਵੱਡੀ ਖਬਰ ਜਿਹੜੀ ਚਰਚਾ ਵਿੱਚ ਹੈ ਉਹ ਹੈ ਕਿ ਪੰਜਾਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਕੋਲੋਂ ਜਲੰਧਰ ਪੁਲਿਸ ਨੇ ਕਹਿੰਦੇ ਜੀ ਡਰੱਗ ਬਰਾਮਦ ਕੀਤੀ ਆ। 10,000 ਰੁਪਏ ਦੀ ਕਹਿੰਦੇ ਕਿ ਜਿੱਥੋਂ ਲਿਆਂਦੀ ਸੀ, ਜਿਹੜੇ ਬੰਦੇ ਤੋਂ ਉਹ ਵੀ ਗ੍ਰਿਫਤਾਰ ਕਰ ਲਿਆ। ਸੋ ਬਕਾਇਦਾ SSP ਨੇ ਹਵਾਲਾ ਜਨਤਕ ਕੀਤਾ, ਸਾਂਝਾ ਕੀਤਾ ਕਿ ਹਾਂ ਜੀ ਸਾਡੀ ਟੀਮ ਨੇ ਇਹ ਕਾਮਯਾਬੀ ਹਾਸਲ ਕੀਤੀ ਕਿ ਅੰਮ੍ਰਿਤਪਾਲ ਸਿੰਘ ਦਾ ਭਰਾ ਅਤੇ ਉਹਦਾ ਕੋਈ ਸਾਥੀ ਉਹ ਕਾਲੇ ਸ਼ੀਸ਼ਿਆਂ ਵਾਲੀ ਇੱਕ ਗੱਡੀ ਦੇ ਵਿੱਚ ਤਿਆਰੀ ਕਰ ਰਹੇ ਸੀ ਡਰੱਗ ਲੈਣ ਦੀ। ਉਹਨਾਂ ਕੋਲੋਂ ਉਹ ਥੈਲੀ ਵੀ ਹੈ ਨਾ, ਲਾਈਟਰ ਵੀ, ਜੇ ਉਹ ਇਹੋ ਜਿਹਾ ਸਮਾਨ ਅਸੀਂ ਬਰਾਮਦ। ਸੋ ਇਸ ਤਰ੍ਹਾਂ ਉਹ ਤਾਂ ਆਪਣਾ ਪੱਖ ਮਜ਼ਬੂਤ ਕਰਕੇ ਮੀਡੀਆ ਸਾਹਮਣੇ ਰੱਖ ਰਹੇ ਨੇ, ਪਰ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦਾ ਕਹਿਣਾ ਅਤੇ ਪਿਤਾ ਦਾ ਕਹਿਣਾ ਕਿ ਸਾਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਪਾਲ ਸਿੰਘ ਦੇ ਭਰਾ ਤੋਂ ਡਰੱਗ ਬਰਾਮਦ ਹੋਈ ਹੈ। ਪੁਲਿਸ ਦਾ ਦਾਅਵਾ, ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਡਰੱਗ ਸਣੇ ਡਰੱਗ ਲੈਂਦਿਆਂ ਉਸ ਸਥਿਤੀ ਦੇ ਵਿੱਚ ਉਸ ਨੂੰ ਅਸੀਂ ਗ੍ਰਿਫਤਾਰ ਕੀਤਾ। ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦਾ ਕਹਿਣਾ ਕਿ ਸਾਡੇ ਮੁੰਡੇ ਨੂੰ ਪਹਿਲਾਂ ਚੋਣ ਪ੍ਰਚਾਰ ਕਰਨ ਤੋਂ ਵੀ ਰੋਕਿਆ ਜਾ ਰਿਹਾ ਸੀ ਅਤੇ ਉਹ ਕਹਿੰਦੇ ਸਾਨੂੰ ਸ਼ੰਕੇ ਸੋਭੇ ਆ ਕਿ ਉਸ ਨੂੰ ਹਥਿਆਰਾਂ ਵਾਲੇ ਮਾਮਲਿਆਂ 'ਚ ਵੀ ਫਸਾਇਆ ਜਾ ਸਕਦਾ ਹੈ, ਉਹਦੇ 'ਤੇ ਕਿਸੇ ਵੀ ਤਰ੍ਹਾਂ ਦਾ ਵੀ ਕੇਸ ਪਾਇਆ ਜਾ ਸਕਦਾ। ਜੀ ਹਾਂ, ਅੱਜ ਦੀ ਸਭ ਤੋਂ ਵੱਡੀ ਖਬਰ ਜਿਹੜੀ ਚਰਚਾ ਵਿੱਚ ਹੈ ਉਹ ਹੈ ਕਿ ਪੰਜਾਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਕੋਲੋਂ ਜਲੰਧਰ ਪੁਲਿਸ ਨੇ ਕਹਿੰਦੇ ਜੀ ਡਰੱਗ ਬਰਾਮਦ ਕੀਤੀ ਆ। ਆਈਸ ਕਹਿੰਦੇ ਆ ਕੁਛ ਇਹੀ ਡਰੱਗ ਹੈ ਕੋਈ, ਕਿਉਂ ਬਰਾਮਦ ਕੀਤੀ ਹੈ। 10,000 ਰੁਪਏ ਦੀ ਕਹਿੰਦੇ ਕਿ ਜਿੱਥੋਂ ਲਿਆਂਦੀ ਸੀ, ਜਿਹੜੇ ਬੰਦੇ ਤੋਂ ਉਹ ਵੀ ਗ੍ਰਿਫਤਾਰ ਕਰ ਲਿਆ। ਸੋ ਬਕਾਇਦਾ SSP ਨੇ ਹਵਾਲਾ ਜਨਤਕ ਕੀਤਾ, ਸਾਂਝਾ ਕੀਤਾ ਕਿ ਹਾਂ ਜੀ ਸਾਡੀ ਟੀਮ ਨੇ ਇਹ ਕਾਮਯਾਬੀ ਹਾਸਲ ਕੀਤੀ ਹੈ। ਦਾਅਵਾ ਤੈਅ ਕੀਤਾ ਜਾ ਰਿਹਾ ਪੁਲਿਸ ਵੱਲੋਂ ਕਿ ਅੰਮ੍ਰਿਤਪਾਲ ਸਿੰਘ ਦਾ ਭਰਾ ਅਤੇ ਉਹਦਾ ਕੋਈ ਸਾਥੀ ਉਹ ਕਾਲੇ ਸ਼ੀਸ਼ਿਆਂ ਵਾਲੀ ਇੱਕ ਗੱਡੀ ਦੇ ਵਿੱਚ ਤਿਆਰੀ ਕਰ ਰਹੇ ਸੀ ਡਰੱਗ ਲੈਣ ਦੀ। ਉਹਨਾਂ ਕੋਲੋਂ ਉਹ ਥੈਲੀ ਵੀ ਹੈ ਨਾ, ਲਾਈਟਰ ਵੀ, ਜੇ ਉਹ ਇਹੋ ਜਿਹਾ ਸਮਾਨ ਅਸੀਂ ਬਰਾਮਦ ਕੀਤਾ ਅਤੇ ਪੁਲਿਸ ਆਪਣੇ ਦਾਅਵੇ ਨੂੰ ਮਜ਼ਬੂਤ ਕਰਨ ਦੇ ਹਵਾਲੇ ਨਾਲ ਵੀਡੀਓਗ੍ਰਾਫੀ ਦਾ ਹਵਾਲਾ ਦੇ ਰਹੀ ਆ ਕਿ ਸਾਡੇ ਕੋਲੋਂ ਸਾਰੀ ਰਿਕਾਰਡਿੰਗ ਵੀਡੀਓਗ੍ਰਾਫੀ ਹੈਗੀ ਆ। ਇੱਥੋਂ ਤੱਕ ਕਿ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਜਿਹੜੇ ਵਿਅਕਤੀ ਉਹ ਡਰੱਗ ਲਈ ਸੀ ਅਸੀਂ ਉਹਨੂੰ ਵੀ ਗ੍ਰਿਫਤਾਰ ਕਰ ਲਿਆ। ਅਤੇ ਉਸੇ ਹਵਾਲੇ ਨਾਲ ਇਹ ਵੀ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਭਰਾ ਦੇ PayTM 'ਚੋਂ ਉਹਨੂੰ 10,000 ਦੀ ਅਦਾਇਗੀ ਵੀ ਹੋਈ ਹੈ। ਸੋ ਇਸ ਤਰ੍ਹਾਂ ਉਹ ਤਾਂ ਆਪਣਾ ਪੱਖ ਮਜ਼ਬੂਤ ਕਰਕੇ ਮੀਡੀਆ ਸਾਹਮਣੇ ਰੱਖ ਰਹੇ ਨੇ, ਪਰ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦਾ ਕਹਿਣਾ, ਉਹਨਾਂ ਦੇ ਪਿਤਾ ਦਾ ਕਹਿਣਾ ਕਿ ਸਾਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਕਿਉਂਕਿ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਨਸ਼ੇ ਦੇ ਖਿਲਾਫ਼ ਮੁਹਿੰਮ ਵਿੱਢੀ ਹੋਈ ਸੀ, ਨਸ਼ੇ ਦੇ ਖਿਲਾਫ਼ ਲੜਾਈ ਵਿੱਢੀ ਹੋਈ ਸੀ, ਇਸ ਲਈ ਕਹਿੰਦੇ ਕਿ ਇਹ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਹੈ। ਪਰ ਪੁਲਿਸ ਆਪਣੇ ਕਾਗਜ਼ੀ ਪੱਤਰੀ ਪੂਰੇ ਕਰਕੇ, ਜਦੋਂ ਕਿ ਚਰਚਾ ਇਹ ਨਿਕਲ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਜਦੋਂ ਪੁਲਿਸ ਨੇ ਉੱਥੇ ਨਾਕੇ ਦੇ ਉੱਤੇ ਫੜਿਆ ਹੈ, ਜਾਂ ਉਹ ਮਤਲਬ ਕਿ ਸਾਈਡ 'ਤੇ ਗੱਡੀ ਲੱਗੀ ਦੇਖਣ 'ਤੇ ਫੜਿਆ, ਅਤੇ ਉਹ ਕਹਿੰਦੇ ਉਹਨਾਂ ਦੀ ਵੀਡੀਓ ਵੀ ਨਾਲ ਬਣਾਈ ਕਿਉਂਕਿ ਅੱਜ ਕੱਲ੍ਹ ਹਦਾਇਤ ਹੈ ਕਿ ਵੀਡੀਓ ਬਣਾਓ, ਅਤੇ ਉਸ ਤੋਂ ਬਾਅਦ ਕਹਿੰਦੇ ਕਿ ਉਹਨਾਂ ਨੂੰ ਫਲੋਰ ਥਾਣੇ ਲਿਆਂਦਾ, ਥਾਣੇ ਲਿਆ ਕੇ ਜਦੋਂ ਪੁੱਛਗਿੱਛ ਕੀਤੀ ਕਿਹੜਾ ਪਿੰਡ, ਉਹਨਾਂ ਨੂੰ ਪਿੰਡ ਦੱਸਿਆ, ਕਹਿੰਦੇ ਅੱਛਾ ਅੰਮ੍ਰਿਤਪਾਲ ਸਿੰਘ ਵਾਲਾ ਪਿੰਡ, ਕਹਿੰਦਾ ਜੀ ਮੇਰਾ ਹੀ ਸਕਾ ਭਰਾ। ਸੋ ਇੱਥੋਂ ਕਹਿੰਦੇ ਕਿ ਫਿਰ ਜਦੇ ਕੇਸ ਹਾਈ ਪ੍ਰੋਫਾਈਲ ਬਣ ਗਿਆ, ਜਦੇ ਪੁਲਿਸ ਵਾਲਿਆਂ ਨੇ ਕਹਿੰਦੇ ਆਪਣੇ ਉੱਚ ਅਧਿਕਾਰੀਆਂ ਨੂੰ ਸੰਪਰਕ ਕੀਤਾ, ਰਾਤ ਨੂੰ ਭੱਜ ਦੌੜ ਪੈ ਗਈ, ਰਾਤ ਨੂੰ ਮੈਡੀਕਲ ਕਰਾ, ਅਤੇ ਪੁਲਿਸ ਇਹ ਵੀ ਦਾਅਵਾ ਕਰਦੀ ਕਿ ਮੈਡੀਕਲ ਦੇ ਵਿੱਚ ਨਸ਼ਾ ਲਿਆ ਹੋਇਆ ਵੀ ਆ ਗਿਆ। ਜਦੋਂ ਕਿ ਮਾਪੇ ਕਹਿੰਦੇ ਕਿ ਉਹਨਾਂ ਨੇ ਤਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜਾ ਮੋਰਚਾ ਚੱਲ ਰਿਹਾ ਹੈ ਜਾਂ ਜਿਹੜਾ ਇੱਕ ਅੰਦੋਲਨ ਹੋਣਾ ਸੀ, ਪ੍ਰਦਰਸ਼ਨ ਹੋਣਾ ਸੀ, ਉਸ ਦੇ ਵਿੱਚ ਹਿੱਸਾ ਲੈਣ ਲਈ ਗਏ ਸੀ ਉਹ ਤਾਂ, ਅਤੇ ਫਲੋਰ ਕਿਵੇਂ ਪਹੁੰਚ ਕੇ ਸਾਨੂੰ ਨਹੀਂ ਪਤਾ। ਜੀ ਹਾਂ, ਪੰਜਾਬ ਪੁਲਿਸ ਨੇ ਦਾਅਵਾ ਕੀਤਾ ਕਿ ਖੰਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਅਸੀਂ ਆਈਸ ਡਰੱਗ ਹੈ ਜਿਹੜੀ ਉਹਦੇ ਸਣੇ ਗ੍ਰਿਫਤਾਰ ਕੀਤਾ। ਕਹਿੰਦੇ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਦੇ ਵਿੱਚ ਨਸ਼ਾ ਵਿਰੋਧੀ ਮੁਹਿੰਮ ਚਲਾਈ ਸੀ, ਪਰ ਉਹਦੇ ਭਰਾ ਤੋਂ ਹੀ ਨਸ਼ਾ ਬਰਾਮਦ ਕਰਨ ਦਾ ਦਮ ਭਰਿਆ। ਪੁਲਿਸ ਨੇ ਕਿਹਾ ਸਾਨੂੰ ਉਹ ਮਿਲਿਆ,
ਅਤੇ ਹਰਪ੍ਰੀਤ ਸਿੰਘ ਦੇ ਨਾਲ ਕਹਿੰਦੇ ਉਹਦਾ ਸਾਥੀ ਕੋਈ ਲਵਪ੍ਰੀਤ ਸਿੰਘ ਆ, ਉਹਨੂੰ ਵੀ ਪੁਲਿਸ ਨੇ ਆਪਣੀ ਗ੍ਰਿਫਤ 'ਚ ਲੈ ਲਿਆ। ਅਤੇ ਕਹਿੰਦੇ ਜੀ ਲੁਧਿਆਣਾ ਦੇ ਹੈਬੋਵਾਲ ਤੋਂ, ਪੁਲਿਸ ਦੇ ਦਾਅਵੇ ਦੇ ਅਨੁਸਾਰ ਕਿ ਹੈਬੋਵਾਲ ਤੋਂ ਇਹ ਲੈ ਕੇ ਆਏ ਸੀਗੇ ਅਤੇ 10,000 ਰੁਪਏ ਦੀ ਆਈਸ ਡਰੱਗ ਲਈ ਸੀ ਅਤੇ ਉਹਦੀ ਪੇਮੈਂਟ ਵੀ ਕਹਿੰਦੇ ਪੇਟੀਐਮ 'ਚੋਂ ਕੀਤੀ ਹੈ। ਅਤੇ ਜੇ ਇਹ ਸਾਰੇ ਦਸਤਾਵੇਜ਼ ਸਬੂਤ ਦੇ ਰੂਪ 'ਚ ਹਕੀਕਤ ਦੇ ਰੂਪ 'ਚ ਹੈਗੇ ਨੇ, ਫਿਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਦਾ ਬਚਣਾ ਮੁਸ਼ਕਲ।